ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ। ਹੋਪ ਤੇ ਸਾਰੇ ਜਣੇ ਬਹੁਤ ਹੀ ਵਧੀਆ ਹੋਵੋਗੇ। ਅਤੇ ਅੱਜ ਦਾ ਵਲੌਗ ਸ਼ੁਰੂ ਕਰਨ ਲੱਗੀ ਹਾਂ ਮੈਂ, ਕਿਉਂਕਿ ਅੱਜ ਦਾ ਵਲੌਗ ਸਾਰਾ ਹੈਗਾ ਆ ਬੋਲੋ ਅੱਜ ਦਾ ਵਲੌਗ ਕਿਹਦੇ 'ਤੇ ਆ? ਮੇਰਾ ਹੀ ਆ। ਹਾਂ, ਮੇਰਾ ਹੀ ਆ। ਸਾਰੇ ਜਣੇ ਕਹਿੰਦੇ ਅਸੀਂ ਬੋਰ ਹੋ ਗਏ, ਮੈਂ ਕਿਤੇ ਮੈਨੂੰ ਦੇਖ ਦੇਖ ਕੇ ਨਹੀਂ ਨਹੀਂ ਜੋਕ ਮਾਰਦੀ ਹਾਂ। ਅਤੇ ਅੱਜ ਦਾ ਵਲੌਗ ਸਾਰਾ ਮੇਰਾ ਆ, ਕਿਉਂਕਿ ਬਹੁਤ ਸਾਰੇ ਕਮੈਂਟ ਆਉਂਦੇ ਆ, ਬਹੁਤ ਸਾਰੇ ਮੈਸੇਜ ਆਉਂਦੇ ਆ ਕਿ ਤੁਸੀਂ ਆਪਣੀ ਡੇਲੀ ਰੂਟੀਨ ਸ਼ੇਅਰ ਕਰੋ, ਸਪੈਸ਼ਲੀ ਪ੍ਰੈਗਨੈਂਸੀ ਵਾਲੀ। ਅਤੇ ਅੱਜ ਮੈਂ ਤੁਹਾਡੇ ਨਾਲ ਡੇਲੀ ਰੂਟੀਨ ਸ਼ੇਅਰ ਕਰਨੀ ਆ ਆਪਣੀ। ਅਤੇ ਮੋਰਨਿੰਗ ਦੇ ਵੱਜ ਗਏ ਆ 8, ਹੁਣੇ ਮੈਂ ਜਸਟ ਵੇਕਅਪ ਕੀਤਾ, ਹੁਣੇ ਉੱਠੀ ਹਾਂ। ਦਾ ਕੰਮ ਮੈਂ ਕਰਦੀ ਹਾਂ ਸਵੇਰ ਨੂੰ ਉੱਠ ਕੇ, ਉਹ ਹੁੰਦਾ ਆ ਗਲਾਸ ਲੱਭਣਾ ਪਹਿਲਾਂ ਦਾ। ਡੇਲੀ ਦੀ ਰੂਟੀਨ ਇਹ ਆ ਕਿ ਜਦੋਂ ਮੈਂ ਸਵੇਰ ਨੂੰ ਉੱਠਦੀ ਹਾਂ, ਸਭ ਤੋਂ ਪਹਿਲਾਂ ਮੈਂ ਪੀਂਦੀ ਹਾਂ ਪਾਣੀ, ਕਿਉਂਕਿ ਪਾਣੀ ਪੀਣਾ ਹੈਲਥ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਡਾਕਟਰ ਵੀ ਕਹਿੰਦੇ ਆ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣਾ ਚਾਹੀਦਾ ਆ। ਅਤੇ ਆਪਾਂ ਸਭ ਤੋਂ ਪਹਿਲਾਂ ਉੱਠ ਕੇ ਉਹੀ ਕੰਮ ਕਰਦੇ ਹਾਂ, ਸਭ ਤੋਂ ਜ਼ਿਆਦਾ ਪਾਣੀ ਪੀਂਦੇ ਹਾਂ। ਸਾਰੀ ਖਰਾਬ ਹੋ ਗਈ ਕਿਉਂਕਿ ਡੇਲੀ ਰੂਟੀਨ ਇੱਦਾਂ ਖਰਾਬ ਹੋ ਗਈ ਕਿਉਂਕਿ ਮਾਮਾ ਜੀ ਹੁਣੇ ਆ ਗਏ, ਉਹਨਾਂ ਨੇ ਜਾਣਾ ਸੀ ਇੱਥੇ ਪਾਰਟੀ 'ਤੇ। ਅਤੇ ਜਿਹੜੀ ਡੇਲੀ ਰੂਟੀਨ ਹੁੰਦੀ ਆ, ਮੈਂ ਤੁਹਾਨੂੰ ਦੱਸਣਾ ਸੀ ਵੀ ਕੀ ਕਰਦੀ ਹਾਂ, ਉਹ ਤਾਂ ਮੈਂ ਕਹਿੰਦੀ ਖਰਾਬ ਹੋ ਗਈ ਮੇਰੀ ਅੱਜ। ਅਤੇ ਹੁਣ ਆਪਾਂ ਡੇਲੀ ਰੂਟੀਨ ਕੀ ਕੱਲ੍ਹ ਨੂੰ ਦੱਸੀਏ ਕਿ ਅੱਜ ਦੱਸੀਏ? ਹੁਣ ਸਾਡੇ ਰਿਸ਼ਤੇਦਾਰ ਇੱਕ ਗਏ ਆ ਅਤੇ ਦੂਜਾ ਰਿਸ਼ਤੇਦਾਰ ਆਉਣ ਲੱਗਾ। ਪਿੱਛੇ ਬਹਿ ਜਾਂਦੀ ਮੈਂ ਨਾ। ਹੁਣ ਆਉਣ ਲੱਗਾ ਮੇਰੇ ਮਾਸੀ ਜੀ ਦਾ ਮੁੰਡਾ, ਹੈ ਨਾ। ਇਸ ਕਰਕੇ ਅੱਜ ਡੇਲੀ ਰੂਟੀਨ ਸਾਡੀ ਗੜਬੜਾ ਗਈ ਹੈ। ਅੱਛਾ, ਤੇ ਭਾਜੀ ਕੀ ਇਹਦਾ ਹੈਗਾ ਹਿਸਾਬ ਕਿਤਾਬ ਦੱਸੋਗੇ ਮੈਨੂੰ? ਛੋਟੇ ਮੀਆਂ ਕੈਸੇ ਹੋ, ਕੀ ਹਾਲ ਚਾਲ? ਮੈਂ ਕਿਹਾ ਹੁਣ ਮੇਰਾ ਛੋਟਾ ਭਰਾ ਕਮਾਉਣ ਲੱਗ ਪਿਆ, ਹੁਣ ਆਈਫੋਨ 13 ਲੈ ਕੇ ਦੇਣਾ ਮੈਨੂੰ। ਇਹਦੀ ਵੀ ਥੋੜ੍ਹੀ ਜਿਹੀ ਕਲੈਰਿਟੀ ਘੱਟ ਦਿੰਦੀ ਆ, ਲੋਕ ਉੱਦਾਂ ਵੀ ਕਹਿੰਦੇ ਆ, ਕਮੈਂਟ ਕਰਦੇ ਆਵਾਜ਼ ਥੋੜ੍ਹੀ ਆਉਂਦੀ ਆ। ਲਓ ਜੀ, ਸਾਡਾ ਛੋਟਾ ਭਰਾ ਲੁਧਿਆਣੇ ਦੇ ਵਿੱਚ ਆਪਣਾ ਕੰਮ ਖੋਲ੍ਹਿਆ ਆ, ਏਸੀ ਸਰਵਿਸ, ਫਰਿੱਜ ਸਰਵਿਸ, ਸਾਰਾ ਕੁਛ ਕਰਦਾ ਆ। ਅਤੇ ਇੰਸਟਾਗ੍ਰਾਮ ਆਈ ਡੀ ਬਣਾਈ ਨਹੀਂ ਹੈ ਨਾ, ਪੇਜ ਬਣਾ ਲਓ ਫਿਰ, ਜਿਹਨੂੰ ਵੀ ਜਲੰਧਰ ਲੁਧਿਆਣੇ 'ਚ ਜਿਹਨੇ ਕੰਮ ਕਰਾਉਣਾ ਹੋਇਆ ਤਾਂ ਦੱਸ ਦਿਓ, ਇਹ ਕਰ ਦੂਗਾ, ਹੈ ਨਾ। ਇੱਥੇ ਆਏ ਸੀ ਨਾਨਕਿਆਂ ਤੋਂ ਮੂੰਗਰੇ, ਬੈਂਗਣ ਕਿੰਨੇ ਆ ਗਿਣਤੀ ਦੇ? 1, 2, 3, 4, 5 ਆਹ ਤਾਂ ਛੋਟੇ ਛੋਟੇ ਹੀ ਆ ਨਾ, ਬਹੁਤ ਸਾਰੇ ਬਸ ਦੇਖਦੇ ਹੀ ਨਹੀਂ। ਆਹ ਕਿੰਨੇ ਨਿੱਕੇ ਨਿੱਕੇ ਦੇ, ਮਾਮੀ ਹੁਣੇ ਮੂੰਗਰੇ ਲੈ ਕੇ ਆਏ ਸੀਗੇ, ਅਤੇ ਪਰ ਅਸੀਂ ਮੂੰਗਰੇ ਬਣਾਉਣੇ ਨਹੀਂ, ਉੱਦਾਂ ਕੱਟ ਕੇ ਰੱਖ ਲਏ ਆ। ਹੁਣ ਅਸੀਂ ਚੱਲੇ ਹਾਂ, ਮਹਿਕ ਦੀ ਵੇਟ ਕਰਦੇ ਹਾਂ, ਫਿਰ ਅਸੀਂ ਜਾਵਾਂਗੇ ਕਿੱਥੇ, ਬਾਹਰ ਖੜਾ ਕੇ ਲਿਆਉਂਦੇ ਹਾਂ ਠਾਕਰ ਨੂੰ ਕੁਛ ਅੱਜ, ਹੈ ਨਾ। ਅਤੇ ਮੂੰਗਰੇ ਬਣਾਵਾਂਗੇ ਠਾਕਰ ਰਾਤ ਨੂੰ, ਮੂੰਗਰਿਆਂ ਦੀ ਸਬਜ਼ੀ ਠਾਕਰ ਨੂੰ ਰਾਤ ਨੂੰ ਖਿਲਾਵਾਂਗੇ। ਉੱਦਾਂ ਇਹਦੀਆਂ ਫੇਵਰੇਟ ਭਿੰਡੀਆਂ ਆ, ਦੇਖਦੇ ਹਾਂ ਜੇ ਢਾਬੇ ਤੋਂ ਭਿੰਡੀਆਂ ਮਿਲ ਜਾਣ ਤਾਂ ਬੜੀਆਂ ਬਣਾਈਆਂ। ਬੜੀਆਂ ਡਾਇਟਿੰਗ ਹੁੰਦੀ ਆ ਇਹ ਰੋਜ਼। ਓਏ ਇੱਕ ਮਿੰਟ, ਇਹਨਾਂ ਦੇ ਬਲੌਗਾਂ 'ਚ ਤੁਸੀਂ ਦੇਖਦੇ ਆ ਜਿਮ ਜਾਂਦਾ ਆ, ਅਤੇ ਇੱਧਰ ਦੇਖੋ ਸਮੋਸੇ ਖਾਂਦਾ। ਆਹ ਦੇ ਆਹ ਬੜੀ ਦਾ ਬੈਰੀ ਦੁਸ਼ਮਣ, ਬੜੀ ਬਹੁਤ ਸ਼ੈਤਾਨ ਹੈ। ਬੜੀ ਨੂੰ ਹੁਣ ਪਤਾ ਕਿ ਅਸੀਂ ਚੱਲੇ ਹਾਂ, ਤੇ ਦਰਵਾਜ਼ੇ ਪਿੱਛੇ ਲੌਕ ਕੇ ਬਹਿ ਗਿਆ ਵੀ ਜਿੱਦਾਂ ਸਾਨੂੰ ਦਿਖਦਾ ਨਹੀਂ ਹੁੰਦਾ। ਆਹ ਕੀ ਪਾਇਆ? ਸਸਤਾ ਵੈਸ਼ਨੂੰ ਤੇ ਟਿਕਾਓ ਢਾਬਾ, ਓਮ ਵੈਸ਼ਨੂੰ ਢਾਬੇ ਤੇ। ਕਹਿੰਦੇ ਰੋਟੀ ਖਾਣੀ ਆ, ਜੋ ਦਿਲ ਠਾਕਰ ਆਇਆ ਫਿਰ ਇਹਨੂੰ ਅੱਜ ਢਾਬੇ ਤੋਂ ਰੋਟੀ ਖਵਾਉਣੇ ਆ, ਸ਼ਾਮ ਨੂੰ ਘਰੇ ਖਵਾਵਾਂਗੇ। ਸ਼ਾਮ ਨੂੰ ਬਣਾਵਾਂਗੇ ਮੂੰਗਰੇ ਜਿਹੜੇ ਲਿਆਂਦੇ ਆ ਨਾਲ ਕੇ ਆਏ ਨੇ। ਤੁਹਾਨੂੰ ਜਦੋਂ ਕਹੋ ਤੁਹਾਨੂੰ
ਬਸ ਭਾਜੀ ਆਪਾਂ ਫਲਾਣੇ ਥਾਂ ਸਸਤੀ ਧਵਾਵਾਂਗੇ ਆਪਾਂ ਆਹ ਕਰਾਂਗੇ ਆਪਾਂ ਉਹ ਕਰਾਂਗੇ ਰੋਕ ਕੇ ਬਿਠਾ ਲਿਆ ਇੱਥੇ ਮਸਾਂ ਇੱਥੇ ਮਾੜਾ ਹੈ 90 ਪੈ ਜਾਂਦਾ ਤੇ ਨਿਗਾ ਦੇਵ ਤੇ ਹੋਣੀ ਸੀ ਸਾਰੇ ਹਾਂ ਅੱਗੇ ਜਾ ਕੇ ਮੈਂ ਗਿਰ ਜਾਣਾ ਸੀ ਨਾ ਆਏ ਹੈਗੇ ਆ ਸਾਨੂੰ ਪਤਾ ਹੈ ਨਹੀਂਗਾ ਵੀ ਮੂਵੀ ਦੀ ਟਿਕਟ ਹੈਗੀ ਕਿ ਨਹੀਂ ਹੈਗੀ ਨਾ ਸਾਨੂੰ ਇਹ ਪਤਾ ਵੀ ਪਾਰਕਿੰਗ ਹੈਗੀ ਹੈ ਕਿ ਨਹੀਂ ਹੈਗੀ ਕਿ ਨਹੀਂ ਪਾਰਕਿੰਗ ਨੂੰ ਤਾਂ ਅਗਲੇ ਨੇ ਸਾਫ ਮਨਾ ਕਰਤਾ ਸੀ ਕਿ ਦਫਾ ਹੋ ਜਾਓ ਕੋਈ ਪਾਰਕਿੰਗ ਪੂਰਕਿੰਗ ਨਹੀਂ ਹੈਗੀ ਤੁਹਾਡੇ ਅਸੀਂ ਧੱਕੇ ਨਾਲ ਹੀ ਆ ਗਏ ਇਧਰ ਨੂੰ ਹਾਂ ਟਿਕਟਾਂ ਲੈਂਦੇ ਹੋਏ ਨੌਜਵਾਨ ਦੂਜਾ ਲੈ ਲਈਆਂ ਹਾਂ ਟਿਕਟਾਂ ਲੈ ਲਈਆਂ ਆਡੀ 2 ਚ ਆ ਆਡੀ ਨਾਲ ਹੀ ਗੱਲਾਂ ਕਰਦੇ ਆ ਆਡੀ 2 ਤਾਂ ਆਈ ਨਹੀਂ ਯਾਰ ਆਡੀ 3 ਆ उस दिन सानू मूवी पसंद नहीं सी ते मैं अर्जी नू इस करके स्पेशल लेके आया अज कि अज मूवी अपन पसंद आऊगी ना ट्रेलर चली जांदा सा एक दूजे का बंद कर रहे हैं क्योंकि लैके भी तुसी आए हो उत्थे अपनी मर्जी ना खादा सानू अगला दे रहे आप खाने ਕਿੱਦਾਂ ਦੀ ਲੱਗ ਰਹੀ ਮੂਵੀ ਕੀ ਲੈਣਾ ਆ ਮੇਰੀ ਪਸੰਦ ਦੀ ਆ ਤੇ ਬਹੁਤ ਸੋਹਣੀ ਫਿਲਮ ਆ ਕੀ ਲੈਣਾ ਆ ਇਹਦੇ ਬਾਰੇ ਰਿਵਿਊਜ਼ ਤੇ ਗੰਦਾ ਹੀ ਹੁੰਦੇਗਾ ਅੱਖਾਂ 'ਚ ਫਲੈਸ਼ ਮਾਰ ਮਾਰ ਕੇ ਪੁੱਛੀ ਜਾ ਰਹੇ ਹੋ ਦੱਸੀ ਕੀ ਕੀ ਲੈਣਾ ਆ ਬਾਰੋ ਕੋਲਡ ਡਰਿੰਕ ਲੈਣਾ ਆ ਆਪਾਂ ਨਾਮ ਕੀ ਹੈ ਫਿਲਮ ਦਾ ਆਰ ਆਰ ਬਹੁਤ ਸੋਹਣੀ ਆ ਸਭ ਤੋਂ ਕੈਂਟ ਸੀਨ ਕਿਹੜਾ ਐਸ ਐਸ ਗੋਲੇ ਹੁਣੇ ਡੋਸੇ ਖਾਣ ਦੇ ਉਧਰ ਦੋ ਸ਼ਬਦ ਲੋਵੀ ਮੂਵੀ ਦੇਖ ਕੇ ਆ ਕੇ ਬਾਹਰ मूवी बाकी बहुत वधिया आ नो डाउट पर इंटरवल तो बाद थोड़ी जी सानू पसंद रही एक सानू क्वेश्चन है भी तीर क्यों नहीं मुके जिवें जिवें क्वेश्चन सीगा कि बाहुबली ने कटप्पे को क्यों मारा इहदे तीर क्यों नहीं मुके इहदे तीर क्यों नहीं मुके एंड इह सानू समझ लगी दर्जन खंड बच गए सी एंड च वी है ना और उस ओदी गर्लफ्रेंड पहला ही किवें बच के पहुंच गई ओनू दस्या होया सीगा ओन्ने कि पट्टी एंडी को लागे बुढ़ सो थोड़ी बहुत फैंटेसी ज़्यादा ही पाई हुई सी इंटरवल तो बाद पर इंटरवल तो पहला बहुत जबरदस्त सी इंटरवल तो पहला बहुत घंट सी सो हाँ होर एकदम वधिया काम करो ठीक है थोड़ा जा मजा जो गुस्से निकलिया मैं इतने खत्म हो जाएगी लेके आएगा आगे की बाकी दूसरे पार्ट में देखेगी नाटक चलता कल आऊगा हत्ता पार्ट 300 का तेल पोन लगे उधर देखा उन्होंने प्लेट चो मेन्यू देखे उदू बाद तेन गया अर्जी की खाना शेर वाला सीन सब तो जबरदस्त सी जो शेर चीते बघियाड़ बकरे कढ़े विचो गोरे एक बार घेर ता हिल जे गए है ना चमकीलियां अखां वाले भाई की लेके आया गोली
ਤਾਂ ਗੋਲੀ ਖਾਣੀ ਪੈਣੀ ਆ ਹੁਣ ਖਾਣੀ ਪਊਗੀ ਉੱਠੋ ਹਰ ਰਾਤ ਦਾ ਐਂਡ ਇਦਾਂ ਹੀ ਹੁੰਦਾ ਆ ਹਾਂ ਹਰ ਰਾਤ ਦਾ ਦਿਨ ਜਾਂ ਕੁਝ ਕੁ ਮਹੀਨਿਆਂ ਦਾ ਐਂਡ ਇਹੀ ਹੋਣਾ ਆ ਗੋਲੀ ਸਵੇਰ ਨੂੰ ਗੋਲੀ ਰਾਤ ਨੂੰ ਤੇ ਬਹੁਤ ਸਾਰੇ ਕਮੈਂਟ ਆਉਂਦੇ ਰਹਿੰਦੇ ਆ ਕਿ ਜੋ ਤਾਂ ਕਿਹੜਾ ਮੰਥ ਚੱਲ ਰਿਹਾ ਹੈ ਨਾ ਇਹਦੇ ਵਿੱਚ ਇਦਾਂ ਆ ਕਿ ਤੁਸੀਂ ਕਮੈਂਟ ਕਰਦੇ ਹੋ ਤੁਸੀਂ ਪਿਆਰ ਨਾਲ ਕਮੈਂਟ ਕਰਦੇ ਹੋ ਤੁਸੀਂ ਪੁੱਛਦੇ ਹੋ ਹੈ ਨਾ ਵਧੀਆ ਲੱਗਦਾ ਪਰ ਇਹਦੇ ਵਿੱਚ ਇਹ ਆ ਕਿ ਥੋੜ੍ਹਾ ਜਿਹਾ ਨਾ ਕੰਪਲੀਕੇਸ਼ਨਸ ਆ ਵੀ ਆਪਾਂ ਰਿਵੀਲ ਨਹੀਂ ਕਰ ਸਕਦੇ ਵੀ ਕਿਹੜਾ ਮੰਥ ਹੈ ਹਾਂ ਫੈਮਿਲੀ ਕਰਕੇ ਵੀ ਠੀਕ ਆ ਸੋ ਤੁਸੀਂ ਸਾਰੇ ਅੰਡਰਸਟੈਂਡ ਕਰ ਦਿਓ ਬਟ ਬਾਬਾ ਮਿਹਰ ਰੱਖੇ ਤੁਸੀਂ ਅਰਦਾਸ ਕਰਿਆ ਕਰੋ ਬਸ ਆਪਾਂ ਜਲਦੀ ਹੀ ਤੁਹਾਨੂੰ ਜਿਹੜੀ ਆ ਗੁੱਡ ਨਿਊਜ਼ ਦੇਵਾਂਗੇ ਸੋ ਇਹੀ ਆ ਵੀ ਜਿਹੜਾ ਨਾ ਬੜੂ ਇੱਕ ਮਿੰਟ ਚਲੋ ਥੋੜ੍ਹਾ ਜਿਹਾ ਘਰ ਦੇ ਵੀ ਕਹਿੰਦੇ ਹਜੇ ਨਹੀਂ ਦੱਸਣਾ ਹੈਗਾ ਹਨਾ ਵੀ ਕਿੰਨਵਾਂ ਮੰਥ ਆ ਜਾਂ ਕਿੱਦਾਂ ਤੁਸੀਂ ਦਿਲੋਂ ਸਾਨੂੰ ਪੁੱਛਦੇ ਹਾਂ ਉਹ ਚੰਗੀ ਲੱਗਦੀ ਸਾਨੂੰ ਚੀਜ਼ ਵਧੀਆ ਲੱਗਦੀ ਕਿ ਤੁਸੀਂ ਵੀ ਸਾਡੀ ਕੇਅਰ ਕਰਦੇ ਹਾਂ ਤੁਹਾਨੂੰ ਵੀ ਹੱਕ ਹੈਗਾ ਪੂਰਾ ਜਾਣਨ ਦਾ ਬਸ ਥੋੜ੍ਹਾ ਜਿਹਾ ਟਾਈਮ ਦੇ ਦਿਓ ਫਿਰ ਤੁਹਾਨੂੰ ਆਪਾਂ ਜਲਦੀ ਹੀ ਸਾਰਾ ਕੁਛ ਦੱਸ ਦਾਂਗੇ ਉਹ ਅੱਬਲ ਤਾਂ ਤੁਹਾਨੂੰ ਆਉਣ ਵਾਲੇ ਵਲੋਗਾਂ 'ਚ ਪਤਾ ਲੱਗ ਜੂਗਾ ਬਾਕੀ ਅਰਦਾਸ ਕਰਿਆ ਕਰੋ ਕਿ ਸਾਰਾ ਕੁਛ ਜਿਹੜਾ ਆ ਠੀਕ ਠਾਕ ਹੋਵੇ ਜਦੋਂ ਬੇਬੀ ਹੋ ਗਿਆ ਫਿਰ ਸਾਰਾ ਕੁਛ ਆਪਾਂ ਤੁਹਾਨੂੰ ਦੱਸ ਦਾਂਗੇ ਅਤੇ ਇੱਕ ਹੋਰ ਗੱਲ ਯਾਰ ਸਾਰੇ ਜਣੇ ਇਹ ਜ਼ਰੂਰ ਦੱਸੋ ਵੀ ਯਾਰ ਉਹਦੇ ਤੀਰਕਾ 'ਤੇ ਨਹੀਂ ਮੁੱਕੇ ਅਤੇ ਉਹਦੀ ਗਰਲਫ੍ਰੈਂਡ ਪਹਿਲਾਂ ਤੋਂ ਬਾਹਰ ਨਿਕਲ ਗਈ ਸੋ ਉਹ ਮੂਵੀ ਬਹੁਤ ਬਹੁਤ ਜ਼ਿਆਦਾ ਜ਼ਬਰਦਸਤ ਸੀ ਮਤਲਬ ਇਹ ਵਾਲੀ ਗੱਲ ਕਿ ਬਹੁਤ ਵਧੀਆ ਲੈਵਲ 'ਤੇ ਬਣੀ ਹੋਈ ਆ ਔਰ ਥੋੜ੍ਹਾ ਜਿਹਾ ਇੱਦਾਂ ਹੁੰਦਾ ਹੈ ਕਿ ਕਈ ਸੀਨ ਆਪਾਂ ਨੂੰ ਬਹੁਤ ਜ਼ਿਆਦਾ ਵਧੀਆ ਲੱਗਦੇ ਕਈ ਸੀਨ ਥੋੜ੍ਹੇ ਜਿਹੇ ਵਧੀਆ ਘੱਟ ਲੱਗਦੇ ਹਨ ਐਕਟਿੰਗ ਸਾਰਿਆਂ ਦੀ ਵਧੀਆ ਅਤੇ ਮਿਲਦੇ ਨਵੇਂ ਵਲੋਗ ਦੇ ਨਾਲ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਹੁਣ ਅਗਲੇ ਵਲੋਗ ਦੇ ਵਿੱਚ ਜ਼ਰੂਰ ਦੱਸਾਂਗੇ ਕਿ ਜੋਧ ਦੀ ਜਿਹੜੀ ਪ੍ਰੈਗਨੈਂਸੀ ਰੂਟੀਨ ਕੀ ਆ ਠੀਕ ਹੈ ਅਤੇ ਯੈਸ ਚੈਲੰਜ ਵੀ ਹਜੇ ਪੈਂਡਿੰਗ ਪਿਆ ਉਹ ਵੀ ਕਰਨਾ ਆਪਾਂ ਠੀਕ ਹੈ ਅਤੇ ਮਿਲਦੇ ਨਵੇਂ ਵਲੋਗ ਦੇ ਨਾਲ ਚੈਨਲ ਕਰ ਹਾਂ ਥੋੜ੍ਹੀ ਜਿਹੀ ਸਿਚੁਏਸ਼ਨ ਇੱਦਾਂ ਦੀ ਹੋ ਗਈ ਸੀ ਕਿ ਸਾਡਾ ਵਲੋਗ ਨਹੀਂ ਆ ਪਾਇਆ ਥੋੜ੍ਹਾ ਜਿਹਾ ਇਸ਼ੂ ਜਿਹਾ ਹੋ ਗਿਆ ਸੀਗਾ ਮੂਡ ਜਿਹਾ ਠੀਕ ਨਹੀਂ ਸੀਗਾ ਬਟ ਹੁਣ ਆਪਾਂ ਕੱਲ੍ਹ ਤੋਂ ਜਿਹੜਾ ਆ ਕੰਟੀਨਿਊ ਕਰਾਂਗੇ ਕੱਲ੍ਹ ਨੂੰ ਆਪਾਂ ਡੇਲੀ ਰੂਟੀਨ ਕੱਲ੍ਹ ਨੂੰ ਆਪਾਂ ਸ਼ੇਅਰ ਕਰ ਦੇਵਾਂਗੇ ਸੋ ਮਿਲਦੇ ਨਾਲ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਵਲੋਗ ਕਿੱਦਾਂ ਲੱਗਿਆ ਬਾਏ ਬਾਏ।